ਏ ਆਕਾਸ਼ਵਣੀ ਜਿਲੰਧਰੇ ਖਬਰਾਂ ਦੇ ਨਾਲ ਮੈਂ ਸਰਪਜੀਤ ਕੌਰ ਪਹਿਲਾ ਖਾਸ ਖਬਰਾਂ प्रधानमंत्री नरेंद्र मोदी अज सवेरे तेलंगाना चे हजार अठ सौ करोड़ रूपये तोद कई विकास प्रोजेक्टा की शुरूआत करे प्रधानमंत्री अज दोपहर बाद ही उड़ीशा उन्नी हजार छ सौ करोड़ रूपये तोद विकास प्रोजेक्टा का उदघाटन करे समुद्री सुरक्षा नबंधित रणनीतिक संचालन प्रशासनिक मामलों तार वटांदराज तो समुद्री फौज के कमांडर की तीन रोजा कानफ्रंस शुरू हो जा रही ਸਰਕਾਰ ਨੇ ਯੂਏਈ ਤੇ ਬੰਗਲਾਦੇਸ਼ ਨੂੰ 6400 ਟਨ ਪਿਆਜ਼ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ বিজেপি ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਸੂਬਾ ਚੋਣ ਕਮੇਟੀ ਦੀ ਮੀਟਿੰਗ ਹੋਈਏ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਫ੍ਰੈਂਚ ਓਪਨ 2024 ਬੈਡਮਿੰਟਨ ਟੂਰਨਾਮੈਂਟ ਵਿੱਚ ਦੋਵਾਰ ਦੀ 올림픽 ਦਮਗਾ ਜੇਤੂ ਪੀਵੀ ਸਿੰਧੂ ਸਮੇਤ 11 ਬੈਡਮਿੰਟਨ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਤੇਲੰਗਾਨਾ ਦੇ ਸੰਗਰੇਟੀ ਵਿੱਚ 6800 ਕਰੋੜ ਰੁਪਏ ਦੀ ਸਿਵਲ ਹਵਾਬਾਜ਼ੀ ਖੋਜ ਸੰਸਥਾ ਕਾਰੋ ਕੇਂਦਰ ਅਤੇ ਕਈ ਹੋਰ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਸਿਵਲ ਹਵਾਬਾਜ਼ੀ ਖੇਤਰ ਵਿੱਚ ਖੋਜ ਅਤੇ ਵਿਕਾਸ ਆਰ ਐਨ ਡੀ ਗਤੀਵਿਧੀਆਂ ਨੂੰ ਬਿਹਤਰ ਬਣਾਉਣ ਅਤੇ ਵਧਾਉਣ ਲਈ ਭਾਰਤ ਦੀ ਹਵਾਈ ਅੱਡਾ ਅਥਾਰਟੀ ਵੱਲੋਂ 350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਰੋ ਕੇਂਦਰ ਬਣਾਇਆ ਗਿਆ ਹੈ ਇਸ ਨੂੰ ਸਵਦੇਸ਼ੀ ਅਤੇ ਨਵੀਨਤਾਕਾਰੀ ਹੱਲ ਪ੍ਰਦਾਨ ਕਰਨ ਲਈ ਅੰਦਰੂਨੀ ਅਤੇ ਸਹਿਯੋਗੀ ਖੋਜ ਦੁਆਰਾ ਹਵਾਬਾਜ਼ੀ ਪਾਇਚਾਰੇ ਲਈ ਇੱਕ ਆਲਵੀ ਖੋਜ प्रदान करने की सोचना बनाया गय सड़क रेल पैट्रोलियम कुदरती गैस वर्गे कई प्रमुख खेतर के कई होजैक्टा न भी देश नर्पित करे कई नींह पत्थर भी रखे प्रधानमंत्री सिकंदराबाद के उज्जैन महाकाल मंदिर का दौरा कर पूजा कल प्रधानमंत्री ने आदिलाबाद चपंजा हजार करोड़ रूपये तद तो कई प्रोजेक्टा का उदघाटन किया जनतक मीटिंग संबोधन कित प्रधानमंत्री नरेन्द्र मोदी उडीशा के एक दिन के दौरे दोपहर बाद भुवनेश्वर पहुंचने ग उ पहुंचने के फौरन बाद श्री मोदी उन्नी हजार छह सौ करोड़ रूपये के कई विकास प्रोजेक्टा का उदघाटन कर नींह पत्थर रख हवाई रस्तों जाजपुर जिले के चंडी खोल प्रोजेक्ट तेल तेलते गैस रेलवे सड़क आवाजाई राष्ट्रीय झारा परमाणु ऊर्जा समेत संबंधित ने ਪ੍ਰਧਾਨ ਮੰਤਰੀ ਪਾਰਾਦੀਪ ਹਰੀਦਾਸਪੁਰ ਲਾਈਨ ਜੋ ਪਾਰਾਦੀਪ ਨੂੰ ਕਿਉਂ ਚਾਰ ਤੋਂ ਕੇਂਦਰਪਾੜਾ ਰਾਹੀਂ ਜੋੜਦੀ ਹੈ ਤੇ ਇੱਕ ਐਮ ਈ ਐਮ ਯੂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਆਜ਼ਾਦੀ ਤੋਂ ਬਾਅਦ ਜ਼ਿਲ੍ਹੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਵਾਲੀ ਕੇਂਦਰਪਾੜਾ ਜ਼ਿਲ੍ਹੇ ਵਿੱਚੋਂ ਲੰਘਣ ਵਾਲੀ ਇਹ ਪਹਿਲੀ ਯਾਤਰੀ ਰੇਲ ਗੱਡੀ ਹੋਏਗੀ ਸ਼੍ਰੀ ਮੋਦੀ ਚੰਡੀਖੋਲ ਦੇ ਬੇਨਾਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ सूबे आदि लोकसभा विधानसभा चोना प्रधानमंत्री का उड़ीसा का यह दूसरा दौरा है श्री मोदी पिछले महीने की तीन तरीक न संबलपुर आईआईएम कैंपस का उदघाटन करने उड़ीसा गए प्रधानमंत्री नरेंद्र मोदी ने तमिलनाडु के विखे पांच सौ मेगावाट से भारत के पहले स्वदेशी प्रोटोटाइप फास्ट ब्रीडर रिएक्टर से लोडिंग की शुरूआत देखी ਆਤਮ ਨਿਰਭਰ ਭਾਰਤ ਦੀ ਸੱਚੀ ਭਾਵਨਾ ਅਨੁਸਾਰ ਰਿਐਕਟਰ ਨੂੰ 200 ਤੋਂ ਵੱਧ ਭਾਰਤੀ ਸਨਤਾ ਦੇ ਅਹਿਮ ਯੋਗਦਾਨ ਨਾਲ ਭਾਰਤੀ ਨਾਭਿਕੀ ਵਿਦਿਅਤ ਨਿਗਮ ਵੱਲੋਂ ਪੂਰੀ ਤਰ੍ਹਾਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਅਤੇ ਨਿਰਮਾਣ ਕੀਤਾ ਗਿਆ ਹੈ ਇਸ ਦੇ ਇੱਕ ਵਾਰ ਚਾਲੂ ਹੋਣ ਤੋਂ ਬਾਅਦ ਭਾਰਤ ਰੂਸ ਤੋਂ ਬਾਅਦ ਦੂਜਾ ਦੇਸ਼ ਹੋਏਗਾ ਜਿਸ ਕੋਲ ਵਪਾਰਕ ਸੰਚਾਲਨ ਫਾਸ ਬਿਲਡਰ ਰਿਐਕਟਰ ਹੋਏਗਾ ਇਹ ਪਰਮਾਣੂ ਊਰਜਾ ਪ੍ਰੋਗਰਾਮ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਨੂੰ ਦਰਸਾਉਂਦਾ ਹੈ ਬਾਅਦ ਵਿੱਚ ਚੇਨਈ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ प्रधानमंत्री ने कहा कि उन्होंने सरकार ने अजयियां योजनाएं लागू की ने जो देश का विकास किया और इसने तो विश्व की तीसरी सबसे बड़ी तो आर्थिक शक्ति बनाने किया उन्होंने कहा कि भारत ने परमाणु ऊर्जा प्लांटा तो बिजली उत्पादन में बड़ा कदम चुका है कुछ ही दिनों से प्रक्रिया शुरू हो जाएगी ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਤਿੰਨ ਰੋਜ਼ਾ ਕਾਨਫਰੰਸ 2024 ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਹਵਾਈ ਜਹਾਜ਼ ਵਾਹਕ ਆਈਐਨਐਸ ਵਿਕਰਾਂਤ ਅਤੇ ਆਈਐਨਐਸ ਵਿਕਰਮਾ ਦਿੱਤਿ ਦੀ ਜੰਗੀ ਸ਼ਕਤੀ ਨੂੰ ਦੇਖਣ ਲਈ ਸਮੁੰਦਰ ਵਿੱਚ ਜਾਣਗੇ ਇਸ ਕਾਨਫਰੰਸ ਦਾ ਪਹਿਲਾ ਅੰਕ ਹਾਈਬ੍ਰਿਡ ਫਾਰਮੈਟ ਵਿੱਚ ਸਮੁੰਦਰ ਵਿੱਚ ਹੋਣ ਵਾਲੇ ਉਦਘਾਟਨੀ ਸੈਸ਼ਨ ਦੇ ਨਾਲ ਕਰਾਇਆ ਜਾ ਰਿਹਾ ਹੈ ਇੱਕ ਬਿਆਨ ਅਨੁਸਾਰ ਕਾਨਫਰੰਸ ਸਮੁੰਦਰੀ ਸੁਰੱਖਿਆ ਨਾਲ ਸੰਬੰਧਿਤ ਰਣਨੀਤਕ ਸੰਚਾਲਨ ਅਤੇ ਪ੍ਰਸ਼ਾਸਨਿਕ ਮਾਮਲਿਆਂ ਤੇ ਵਿਚਾਰ ਕਰਨ ਲਈ ਇੱਕ ਮੰਚ ਵਜੋਂ ਕੰਮ ਕਰਤੀਏ ਰੱਖਿਆ ਮੰਤਰੀ ਤੇ ਭਾਰਤੀthਲ ਸੇਨਾ ਤੇ ਹਵਾਈ ਫੌਜ ਤੇ ਮੁਖੀਆਂ ਦੇ ਨਾਲ ਨਾਲ ਰੱਖਿਆ ਸਟਾਫ ਦੇ ਮੁਖੀ ਵੀ ਸਮੁੰਦਰੀ ਫੌਜ ਦੇ ਕਮਾਂਡਰਾਂ ਨੂੰ ਸੰਬੋਧਨ ਕਰਨਗੇ ਅਤੇ ਨਾਲ ਹੀ ਸ਼੍ਰੀ ਸਿੰਘ ਤਿੰਨਾਂ ਸੇਨਾਵਾਂ ਦੇ ਤਾਲਮੇਲ ਤੇ ਚਰਚਾ ਕਰਨ ਲਈ ਸਮੁੰਦਰੀ ਫੌਜ ਦੇ ਕਮਾਂਡਰਾਂ ਨਾਲ ਗੱਲਬਾਤ ਕਰਨਗੇ। ਇਹ ਖਬਰ ਤੁਸੀਂ ਆਕਾਸ਼ ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਰਕਾਰ ਨੇ ਯੂਏਈ ਤੇ ਬੰਗਲਾਦੇਸ਼ ਨੂੰ 64400 ਟਨ ਪਿਆਜ਼ ਦੀ ਬਰਾਮਦਗੀ ਇਜਾਜ਼ਤ ਦਿੱਤੀਏ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਦੀਆਂ ਨੋਟੀਫਿਕੇਸ਼ਨ ਅਨੁਸਾਰ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਟਿਡ ਰਾਹੀਂ ਬੰਗਲਾਦੇਸ਼ ਨੂੰ 50000 ਟਨ ਪਿਆਜ਼ ਤੇ ਯੂਏਈ ਨੂੰ 14400 ਟਨ ਪਿਆਜ਼ ਦੀ ਬਰਾਮਦਗੀ ਇਜਾਜ਼ਤ ਦਿੱਤੀ ਗਈਏ ਕੇਂਦਰ ਨੇ ਘਰੇਲੂ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਪਿਛਲੇ ਸਾਲ ਦਸੰਬਰ ਵਿੱਚ ਇਸ ਸਾਲ 31 ਮਾਰਚ ਤੱਕ ਪਿਆਜ਼ ਦੀ ਬਰਾਮਦਗੀ 'ਤੇ پابੰਦੀ ਲਾ ਦਿੱਤੀ ਸੀ विदेश मंत्री डॉ एस जयशंकर ने कल यूरोप और फ्रांस के विदेश मंत्रालय के सकत्र जनरल एन मैरी डेस्कोट्स नाल मुलाकात की कहा कि भारत और फ्रांस दरमियान रणनीतिक पाईवाली मजबूत होके हो के होर रही है ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਦਿੱਲੀ ਵਿੱਚ ਰਾਜ ਅਤੇ ਕੇਂਦਰੀ ਵਸਤੂ ਤੇ ਸੇਵਾ ਟੈਕਸ ਦੇ ਲਾਗੂਕਰਨ ਸੰਸਥਾਵਾਂ ਦੇ ਮੁਖੀਆਂ ਦੀ ਰਾਸ਼ਟਰੀ ਕਾਨਫਰੰਸ ਦਾ ਗਾਠਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਕਾਨਫਰੰਸ ਵਿੱਚ ਜੀਐਸਟੀ ਚੋਰੀ ਅਤੇ ਜੈਲਿੰਗ ਵਾਸ਼ਿੰਗ ਨੂੰ ਰੋਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲਾ ਮੰਤਰਾਲੇ ਵੱਲੋਂ ਅੱਜ ਨਵੀਂ ਦਿੱਲੀ ਵਿੱਚ ਸੰਸਦ ਦੇ ਸੈਂਟਰਲ ਹਾਲ ਵਿਖੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦਾ ਫਾਈਨਲ ਕਰਾਇਆ ਜਾਏਗਾ। ਸਮਾਪਤੀ ਸਮਾਰੋਹ ਇਸ ਮਹੀਨੇ ਦੀ 6 ਤਰੀਕ ਨੂੰ ਹੋਏਗਾ। ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਬੀਜੇਪੀ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਸੂਬਾ ਚੋਣ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਦੌਰਾਨ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੂਬਾ ਬੀਜੇਪੀ ਇੰਚਾਰਜ ਵਿਜੇ ਰੁਪਾਣੀ ਵਿਸ਼ੇਸ਼ ਸੱਦੇ ਤੇ ਹਾਜ਼ਰ ਸਨ ਮੀਟਿੰਗ ਵਿੱਚ ਚਰਚਾ ਦੇ ਏਜੰਡੇ ਦਾ ਖੁਲਾਸਾ ਕਰਦਿਆਂ ਵਿਜੇ ਰੁਪਾਣੀ ਨੇ ਕਿਹਾ ਕਿ ਲੋਕ ਸਭਾ ਟਿਕਟਾਂ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਵੱਲੋਂ 231 ਅਰਜ਼ੀਆਂ ਪ੍ਰਾਪਤ ਹੋਈਆਂ ਨੇ ਸ਼੍ਰੀ ਜਾਖੜ ਨੇ ਕਿਹਾ ਕਿ ਭਾਜਪਾ ਵਿੱਚ ਜ਼ਾਹਰ ਦਿਲਚਸਪੀ ਪੰਜਾਬ ਦੇ ਹਿੱਤਾਂ रूपाणी ने भरोसा प्रगटाया कि देश भर के लोग स्थिरता नकनी बना भाजपा की अगुवाई वाले एनडीए गठजोड़ तीजी वार सत्ता सौंपण की उड़ीक कर रहे ਤਰਨਤਾਰਨ ਦੇ ਜ਼ਿਲ੍ਹਾ ਚੋਣ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੰਜਾਬ ਦੇ ਮੁੱਖ ਚੋਣ ਅਫਸਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ EVM ਅਤੇ VVPAT ਦੀ ਵਰਤੋਂ ਕਰਨ ਦੇ ਤਰੀਕੇ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਤਰਨਤਾਰਨ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਮੋਬਾਈਲ ਵੈਨਾ ਚੱਲ ਰਹੀਆਂ ਨੇ ਸੂਬਾ ਗਤੀਵਿਧੀਆਂ ਦਾ ਚਾਇਜ਼ਾ ਲੈਣ ਲਈ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੋਹਰਾਂ ਨੂੰ ਦੱਸਿਆ ਕਿ ਮੋਬਾਈਲ VOTER ਜਾਗਰੂਕਤਾ ਵੈਨਾਰਾਹੀਂ ਹਲਕੇ ਦੇ ਲੋਕਾਂ ਨੂੰ ਜਿੱਥੇ ਵੋਟ ਪਾਉਣ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ VOTERਾਂ ਨੂੰ EVMs ਤੇ VVPAT ਮਸ਼ੀਨਾਂ ਦੇ ਵਰਤੋਂ ਕਰਨ ਸੰਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਉਨਾ ਵੋਟਰਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜਦੋਂ ਵੀ ਇਹ ਮੋਬਾਈਲ ਵੈਨਾ ਉਹਨਾਂ ਦੇ ਪਿੰਡ ਜਾਂ ਸ਼ਹਿਰ ਆਉਂਦੀਆਂ ਨੇ ਤਾਂ ਇਸ ਤੋਂ ਆਪਣੀ ਵੋਟ ਪਾਉਣ ਦੀ ਪ੍ਰਕਿਰਿਆ ਸੰਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਉੱਧਰ ਕਪੂਰਥਲਾ ਦੇ ਜ਼ਿਲ੍ਹਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਸਾਰੇ ਐਸਟੀਐਮ ਅਤੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਲੋੜੀਂਦੀਆਂ ਤਿਆਰੀਆਂ ਤੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਨੇ ਆਮਦਨ ਟੈਕਸ ਵਿਭਾਗ ਨੇ ਐਲਾਨ ਕੀਤਾ ਹੈ ਕਿ ਇਹ ਮੁਲੰਕਣ ਸਾਲ 2021-22 ਦੌਰਾਨ ਕਰਦਾਤਾਵਾਂ ਦੀ ਆਮਦਨ ਟੈਕਸ ਰਿਟਰਨ ਆਈਟੀਆਰ ਵਿੱਚ ਜਾਣਕਾਰੀ ਦੇ ਬੇਮੇਲ ਹੋਣ ਲਈ ਸਬੰਧਿਤ ਕਰਦਾਤਾਵਾਂ ਨੂੰ ਸੰਦੇਸ਼ ਭੇਜੇਗਾ ਵਿਭਾਗ ਨੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਇਸ ਮਿਆਦ ਦੇ ਦੌਰਾਨ ਨਿਸ਼ਚਿਤ ਮਾਲੀ ਲੈਂਡਿੰਗ ਦੀ ਜਾਣਕਾਰੀ ਦੇ ਸਬੰਧ ਵਿੱਚ ਆਈਟੀਆਰ ਵਿੱਚ ਦਾਇਰ ਕੀਤੀ ਗਈ ਜਾਣਕਾਰੀ ਦੇ ਬੇਮੇਲ ਹੋਣ ਦੀ ਪਛਾਣ ਕੀਤੀ ਗਈ ਹੈ ਫ੍ਰਾਂਸ ਆਪਣੇ ਸੰਵਿਧਾਨ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਸ਼ਾਮਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਫ੍ਰਾਂਸੀਸੀ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਇਸ ਵਿਸ਼ੇਸ਼ ਸੈਸ਼ਨ ਵਿੱਚ ਸੰਵਿਧਾਨ ਵਿੱਚ ਸੋਧ ਦੇ ਮਤੇ ਤੇ ਹੱਕ ਪਾਈ ਫ੍ਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਔਰਤ ਅਧਿਕਾਰ ਦਿਵਸ ਤੇ ਸੋਧ ਦੇ ਪਾਸ ਹੋਣ ਦਾ ਜਸ਼ਨ ਮਨਾਉਣ ਲਈ ਰਸਮੀ ਸਮਾਰੋਹ ਕਰਾਏਗੀ भारतीय मौसम विभाग आई एमडी ने अजो तो वीरवार तक पश्चमी हिमालयी खेतर च बारिश देख और बर्फबारी द ताजा तौर की पेशीनगोई की जम्मू कश्मीर लद्दाख गिलगित मुजफ्फराबाद हिमाचल प्रदेश और उत्तराखंड च हल्की तो दरमियानी बारिश की संभावना है दो वार ओलंपिक तमगा जेतु पी वी सिंधु समेत ग्यारह बैडमिंटन खिडारी तो शुरू होने वाले फ्रेंच ओपन दो हजार चौबी बैडमिंटन टूनामेंट चारत की करेंगे प्रधानमंत्री नरेन्द्र मोदी अज सवे तेलंगाना छह हजार आठ सौ करोड़ रूपये तोई विकास प्रोजेक्टा की शुरूआत करे प्रधानमंत्री अज दोपहर तो बादशा च भी उन्नी हजार छ सौ करोड़ रूप तो विकास प्रोजेक्टा का उदघाटन करे समुद्री सुरक्षा न सबंधित रणनीतिक संचालन प्रशासनिक मामलिया विचार वटांदराज तमुदरी फौज के कमांडर की तीन रोजा कानफ्रेंस शुरू हो जा रही है ਸਰਕਾਰ ਨੇ ਯੂਏਈ ਅਤੇ ਬੰਗਲਾਦੇਸ਼ ਨੂੰ 64400 ਟਨ ਪਿਆਜ਼ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ ਕਾਉਂਡੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜੈਸਾ ਲੈਣ ਲਈ ਪੰਜਾਬ ਬੀਜੇਪੀ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਸੂਬਾ ਚੋਣ ਕਮੇਟੀ ਦੀ ਬਿਲਡਿੰਗ ਹੋਈਏ ਇਸ ਦੇ ਨਾਲ ਹੀ ਆਕਾਸ਼ ਵਾਰੀ ਜਲੰਧਰ ਤੋਂ ਖਬਰਾਂ ਦੇ ਬੁਲੇਟ